ਕਿਸਾਨ ਭਰਾਓ ਝੋਨੇ ਦੇ ਵਿੱਚ ਤੇਲੇ ਦਾ ਹਮਲਾ ਹੋਇਆ ਹੈਗਾ। ਕਾਫੀ ਸਾਲਾਂ ਬਾਅਦ ਵੱਡੇ ਪੱਧਰ ਤੇ ਜ਼ਿਆਦਾ ਮਾਤਰਾ ਦੇ ਵਿੱਚ ਤੇਲਾ ਦੇਖਣ ਨੂੰ ਮਿਲਿਆ ਹੈਗਾ। ਚਿੱਟਾ ਤੇਲਾ ਵੀ ਕਾਲਾ ਤੇਲਾ ਵੀ। ਤੇ ਘਬਰਾਏ ਹੋਏ ਵੀ ਹੈਗੇ ਆ ਰੋਂਗ ਕ੍ਰੋਪ ਪ੍ਰੈਕਟਿਸ ਵੀ ਹੋ ਰਹੀ ਹੈ ਜਿਹੜਾ ਨੁਕਸਾਨ ਤੇਲੇ ਨੇ ਤਾਂ ਕਰਨਾ ਚਲੋ ਕਰਨਾ ਵੀ ਇਹਦਾ ਇਹ 15-20% ਤੱਕ ਝਾੜ ਘਟਾ ਸਕਦਾ ਹੁੰਦਾ। ਮਤਲਬ ਕਿ ਤੁਹਾਡਾ ਜੇ 30 ਕੁਇੰਟਲ ਵਾਲਾ ਝੋਨਾ ਤਾਂ ਇਹ 5 ਤੋਂ 6 ਕੁਇੰਟਲ ਨੂੰ ਘਟਾਉਣ ਵਿੱਚ ਇਹ ਆਪਦਾ ਯੋਗਦਾਨ ਪਾ ਸਕਦਾ। ਪਰ ਮੈਨੂੰ ਲੱਗਦਾ ਇਹਦੇ ਨਾਲੋਂ ਵੱਧ ਨੁਕਸਾਨ ਤੁਸੀਂ ਆਪ ਦਾ ਖੋਦੀ ਕਰ ਦੇਣਾ ਹੈਗਾ ਕਿਉਂਕਿ ਤੇਲੇ ਵਾਲੀਆਂ ਦਵਾਈਆਂ ਤੁਸੀਂ ਇੱਕ ਨਾ ਤਾਂ ਖੜੇ ਨਹੀਂ ਛੜਾ ਰਹੇ ਤਿੰਨ ਤਿੰਨ ਕਰ ਰਹੇ ਹੋ ਤੇ ਟਰੈਕਟਰ ਵਾਲੇ ਪੰਪਾਣਾ ਕਰ ਰਹੇ ਹੋ ਜਾਂ ਇੰਜਨ ਵਾਲੀਆਂ ਢੋਲੀਆਂ ਨਾ ਕਰ ਰਹੇ ਹੋ ਤੇ ਜਾਂ ਤੁਸੀਂ ਜਿਹੜਾ ਹੁਣ ਚੱਲ ਰਿਹਾ ਹੈਗਾ ਕਿ ਕਿਸੇ ਏਰੀਆ ਦੇ ਵਿੱਚ ਜ਼ਿਆਦਾ ਗਰਮੀ ਪੈ ਰਹੀ ਹੈ بارش ਨਹੀਂ ਹੋਈ ਹੈਗੀ ਜਾਂ ਟਿਊਬਵਲਾਂ ਦਾ ਪਾਣੀ ਜਾਂ ਨਹਿਰੀ ਪਾਣੀ ਜਿਸ ਤਰੀਕੇ ਵੀ ਤਰੀਕੇ ਨਾਲ ਤੁਹਾਡੇ ਕੋਲ ਪਾਣੀ ਦਾ ਸੋਰਸ ਹੈ ਉਹ ਪ੍ਰੋਪਰ ਨਹੀਂ ਹੈਗਾ ਤੁਸੀਂ ਮੇਨਟੇਨ ਨਹੀਂ ਕਰ ਪਾ ਰਹੇ ਜਾਂ ਤੁਹਾਡੇ ਕੰਮਾਂ ਦੇ ਕਰਕੇ ਰੁਝਾਨਾ ਕਰਕੇ ਤੁਸੀਂ ਮੋਟਰ ਛੱਡ ਕੇ ਘਰ ਆ ਜਾਣੇ ਹੋ ਤੇ ਜਿੱਥੇ ਮੋਟਰ ਨੇ ਦਿਨ ਵਿੱਚ ਦੀ 4 ਕਿੱਲੇ ਭਰਨੇ ਹੁੰਦੇ ਆ ਤੇ ਉੱਥੇ ਉਹ 2.5 ਕਿੱਲੇ ਭਰਦੀ ਹੈ ਤੇ ਜਾਂ ਜਿਹੜੇ 2.5 ਕਿੱਲੇ ਵਾਲੇ ਮੋਟਰ ਛੱਡ ਦੇਣੀ ਹੈਗੀ ਉਹ ਜਿਆਦਾ ਪਾਣੀ ਖੜਾ ਹੋ ਜਾਂਦਾ ਉਹ ਜਿਆਦਾ ਭਰ ਜਾਂਦਾ ਹੈਗਾ ਪਾਣੀ ਜਿਹਦੇ ਕਰਕੇ ਤੇਲਾ ਵੱਧਦਾ ਹੈਗਾ ਤੇ ਜਾਂ ਫਿਰ ਕੁਝ ਬਾਣਦਿਆਂ ਸਾਈਡਾਂ ਖਾਲੀ ਰਹਿ ਜਾਂਦਿਆਂ ਹੈਗਾ ਜਿਹਦੇ ਕਰਕੇ ਥੋਥ ਬਣੇਗੀ ਇਹ ਦੋ ਕਾਰਨਾ ਕਰਕੇ ਤੁਹਾਡੇ ਝੋਨੇ ਦੇ ਵਿੱਚ ਗ੍ਰੇਨ ਡਿਸਆਰਡਰ ਵੀ ਬਣਦਾ ਗ੍ਰੋਨ ਲੋ ਗ੍ਰੇਨ weight ਬਣਦਾ ਹੈਗਾ ਕਿ ਜਿਹੜੇ ਦਾਣਿਆਂ ਦੀ ਸੰਖਿਆ ਹੈਗਾ ਜੇ ਆਪਾਂ 10 ਗ੍ਰਾਮ ਦੇ ਵਿੱਚ ਦਾਣਿਆਂ ਨੂੰ ਗਿਣੀਏ ਤਾਂ ਦਾਣਿਆਂ ਦੀ ਸੰਖਿਆ ਵਧ ਜੇਗੀ ਭਾਰ ਘਟ ਜੇਗਾ ਠੀਕ ਹੈ ਉਨੇ ਬੂਟੇ ਲੱਗੇ ਹੋਏ ਜੇ ਤੰਦਰੁਸਤ ਹੁੰਦੇ ਤਾਂ ਉਹਨਾਂ ਦਾ ਝਾੜ ਵਧ ਜਾਣਾ ਸੀਗਾ ਮੈਂ ਪਹਿਲਾਂ ਵੀ ਇੱਕ ਵੀਡੀਓ ਰਹੀਂ ਸਾਂਝਾ ਕੀਤਾ ਹੈਗਾ ਕਿ ਸਿਲਸਿਲੀਕ ਐਸਿਡ ਥੋੜਾ ਜਿਹਾ ਫਸਲ ਨੂੰ ਰਾਹਤ ਦਵਾਉਂਦਾ ਹੈਗਾ ਮਾੜੇ ਮੌਸਮ ਦੇ ਵਿੱਚ ਚੰਗੇ ਵਾਤਾਵਰਨ ਦੇ ਵਿੱਚ ਜਿਹੜਾ ਕੰਮ ਬੂਟੇ ਨੇ ਕਰਨਾ ਹੁੰਦਾ ਮਾੜੇ ਮੌਸਮ ਦੇ ਵਿੱਚ ਉਹਨੇ ਘੱਟ ਕਰਨਾ ਹੁੰਦਾ ਜਿਹੜਾ ਆਪਦੀ ਸਿਹਤ ਉਹਦਾ ਫੂਪੋ ਜਾਣ ਤਿਆਰ ਕਰਨਾ ਫੂਡ ਬੈਂਕ ਨੂੰ ਵਰਤਣਾ ਹੁੰਦਾਗਾ ਤਾਂ ਉਹ ਉਸ ਤੇ ਉਹ ਕੰਮ ਕਰਦਾ ਹੈਗਾ ਉਹਦੀ ਵੀਡੀਓ ਆਪਾਂ ਕਾਫੀ ਪਹਿਲਾਂ ਪਾਈ ਹੋਈ ਹੈ ਪਰ ਹੁਣ ਜਿਹੜਾ ਰੁਝਾਨ ਚੱਲ ਰਿਹਾ ਹੈਗਾ ਕਿ ਸਾਡੇ ਦਾ ਤੇਲਾ ਬਹੁਤ ਜ਼ਿਆਦਾ ਆਇਆ ਜੀ ਦੌੜੀਆਂ ਦੇ ਵਿੱਚ ਬੂਟੇ ਸੁੱਕਣੇ ਸ਼ੁਰੂ ਹੋ ਗਏ ਹੈਗੇ ਕਿਹੜੀ ਦਵਾਈ ਕੰਮ ਕਰੇਗੀ ਰੋਂਗ ਕ੍ਰੌਪ ਪ੍ਰੈਕਟਿਸ ਚੱਲ ਰਹੀ ਹੈ ਬੀਪੀਐਮਸੀ ਦੀ ਚੱਲ ਰਹੀ ਹੈ ਜਿਹੜੀ ਦੇ ਮੈਂ ਹੱਕ ਵਿੱਚ ਨਹੀਂ ਹੈਗਾ ਜਾਂ ਡੀਡੀਪੀ ਚੱਲ ਰਹੀ ਹੈ ਜਿਹਦੇ ਮੈਂ ਹੱਕ ਦੇ ਵਿੱਚ ਨਹੀਂ ਹੈਗਾ ਇਸ ਤੋਂ ਇਲਾਵਾ ਲੀਕੋ ਡਕਟਾਰਾ ਚੱਲ ਰਿਹਾ ਜਿਹਦੇ ਮੈਂ ਹੱਕ ਦੇ ਵਿੱਚ ਨਹੀਂ ਹੈਗਾ ਜਿਹੜੀਆਂ-ਜਿਹੜੀਆਂ ਦਵਾਈਆਂ ਵਰਤਣੀਆਂ ਹੈਗੀਆਂ ਉਹ ਵੀ ਤੁਹਾਨੂੰ ਦੱਸਾਂਗਾ ਇੱਕ ਦੇਸੀ ਟ੍ਰੀਟਮੈਂਟ ਤੁਹਾਡਾ ਸਾਂਝਾ ਕਰਾਂਗਾ ਤੇ ਉਮੀਦ ਵੀ ਕਰਦਾ ਵੀ ਤੁਸੀਂ ਇਸ ਵੀਡੀਓ ਨੂੰ ਘੱਟੋ-ਘੱਟ 5 ਫਾਰਮਰਾਂ ਨਾਲ ਸਾਂਝੀ ਕਰੋਗੇ ਕਿਉਂਕਿ ਆਪਣੀ ਕਮਿਊਨਿਟੀ ਦੀ ਇਹ ਇੱਕ ਡਰਾ ਬੈਗ ਲਾ ਲਓ ਇੱਕ ਮਾੜੀ ਭਾਵਨਾ ਲਾ ਲਓ ਵੀ ਜੇ ਆਪਾਂ ਨੂੰ ਕੋਈ ਚੰਗੀ ਗੱਲ ਪਤਾ ਲੱਗ ਜੇ ਨਾ ਗਵਾਂਢੀ ਨੂੰ ਦੱਸ ਕੇ ਆਪਾਂ ਬਚਦੇ ਨਹੀਂਗੇ ਇਹ ਆਪਣੀ ਕਮਿਊਨਿਟੀ ਦੀ ਡਰਾ ਬੈਗ ਇੱਕ ਦੇਸੀ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਪਹਿਲਾਂ ਵਾਲੇ ਸਾਲਾਂ ਦੇ ਵਿੱਚ ਵੀ ਵਰਤਿਆ ਹੈਗਾ ਕਿ 50 ਗ੍ਰਾਮ ਮੋਸਕਪੂਰ ਲੈ ਲੈਣਾ ਹੈਗਾ ਤੇ 50 ਗ੍ਰਾਮ ਤੁਸੀਂ ਹਿੰਗ ਲੈ ਲੈਣੀ ਆ ਦੋਨੋਂ ਚੀਜ਼ਾਂ ਸੀਲਡ ਪੈਕ ਹੋਣੀਆਂ ਚਾਹੀਦੀਆਂ ਮਾਰਕੀਟ ਦੇ ਵਿੱਚ ਆਪਾਂ ਇਹਨਾਂ ਦੀ 스ਮੈਲ ਯੂਜ਼ ਕਰਨੀ ਹੈਗੀ ਆ ਖੇਤ ਦੇ ਵਿੱਚ ਲਿਜਾ ਕੇ ਤੁਸੀਂ ਖੋਲਣੀਆਂ ਸਪੋਜ਼ ਕਰੋ ਇੱਕ ਕਿੱਲੇ ਦੇ ਵਿੱਚ ਤੁਹਾਡੇ ਦੋ ਕਿਆਰੇ ਨੇ ਠੀਕ ਹੈ ਚਾਰ-ਚਾਰ ਕਨਾਲਾਂ ਦੇ ਤੁਹਾਡੇ ਕਿਆਰੇ ਨੇ ਤਾਂ ਜਿਹੜਾ ਇਹ ਮਟੀਰੀਅਲ ਲਿਆ ਹੈਗਾ 50-50 ਗ੍ਰਾਮ ਦੋਨਾਂ ਦਾ ਇਹ ਕਿੱਲੇ ਦਾ ਹੈਗਾ 2K ਆਰੇ ਆ ਤਾਂ ਦੋਨਾਂ ਦਾ 25-25 ਗ੍ਰਾਮ ਮਟੀਰੀਅਲ ਤੁਸੀਂ ਇੱਕ ਕੱਪੜੇ ਦੇ ਵਿੱਚ ਬੰਨ ਲੈਣਾ ਪਾਊਡਰਲੀ ਬਣਾ ਲੈਣੀ ਆ ਨੱਕੇ ਦੇ ਸਾਹਮਣੇ ਜਿਹੜਾ ਬੂਟਾ ਹੈਗਾ ਉਹ ਦੀ ਜੜ ਦੇ ਨਾਲ ਤੁਸੀਂ ਬੰਨ ਦਿਓ ਰੱਖ ਦਿਓ ਕਿੱਦਾਂ ਵੀ ਉਹਨੂੰ ਤਾਂ ਭਜਾਣਾ ਨਹੀਂ ਹੈਗਾ ਉਹਨੂੰ ਜਦੋਂ ਪਾਣੀ ਪੈਣਾ ਸ਼ੁਰੂ ਹੋਏਗਾ ਉਦੋਂ ਹੀ ਰੱਖਣਾ ਤੇ ਉਹ ਜਦੋਂ ਘੁਲ ਕੇ ਸਾਰੇ ਖੇਤ ਦੇ ਵਿੱਚ ਜਾਏਗਾ ਤਾਂ ਪੈਸਟਰ ਪੈਲ ਹੋਣਗੇ ਉਹਨਾਂ ਦੀ ਗ੍ਰੋਥ ਜਿਹੜੀ ਉਹ ਰੁਕੇਗੀ ਉਹਨਾਂ ਦੀ ਆਂਡੇ ਦੇਣ ਦੀ ਜਿਹੜੀ ਬੂਟੇ ਦੇ ਰਾਸ ਨੂੰ ਚੂਸ ਕੇ ਬੂਟੇ ਦੇ ਰਾਸ ਨੂੰ ਹਵਾ ਦੇ ਵਿੱਚੋਂ ਮਹਿਸੂਸ ਕਰਕੇ ਜਿਹੜਾ ਇਹ ਆਂਡੇ ਦਿੰਦਾ ਹੈਗਾ ਹਾਪਰ ਕਾਫੀ ਸਕਿੰਗ ਪੈਸਟਰ ਦਾ ਇਹ ਰੂਲ ਆ ਜੇ ਆਪਾਂ ਨਿੰਮ ਆਇਲ ਸਪਰੇਅ ਕਰਦੇ ਹੈਗੇ ਕਿ ਉਹ ਜੜਾਂ ਤੱਕ ਤਾਂ ਥੋੜੀ ਕੋਈ ਸਪਰੇਅ ਜਾਣੀ ਨਹੀਂ ਜਿਨ੍ਹਾਂ ਦੇ ਝੋਨੇ 5-5 ਫੁੱਟ ਦੇ ਹੋ ਚੁੱਕੇ ਆ ਉਥੇ ਤੁਹਾਡੀ ਬੂ ਪ੍ਰੋਫੈਸ਼ਨ ਵੀ ਨਹੀਂ ਪਹੁੰਚਣੀ ਹੈਗੀ ਪਾਈ ਮੈਟਰੋਜਨ ਵੀ ਨਹੀਂ ਪਹੁੰਚਣੀ ਹੈਗੀ ਡਾਇਨੋਟੋਫਰਨ ਵੀ ਨਹੀਂ ਪਹੁੰਚੀ ਹੈਗੀ ਤੇ ਹੋਰ ਕੋਈ ਨਵਾਂ ਟੈਕਨੀਕਲ ਆ ਉਹ ਵੀ ਨਹੀਂ ਪਹੁੰਚਣਾ ਹੈਗਾ ਅਗਰ ਤੁਸੀਂ ਉਹੀ ਇੰਜਨ ਵਾਲੇ ਪੰਪ ਦੇ ਨਾਲ ਸਪਰੇਅ ਕਰੋਗੇ ਡਰਮੀਆਂ ਅਗਰ ਤੁਸੀਂ ਜਿਹੜੀਆਂ ਢੋਲੀਆਂ ਨਾਲ ਆਪਾਂ ਸਪਰੇਅ ਕਰਦੇ ਆ ਜਾਂ ਬੈਂਡਰੀ ਵਾਲੇ ਪੰਪਾ ਉਹਨਾਂ ਦੇ ਨਾਲ ਚੰਗਾ ਰਿਜ਼ਲਟ ਆ ਸਕਦਾ ਹੈਗਾ ਖੇਤ ਖਾਲੀ ਹੋਵੇ ਭਰਿਆ ਹੋਵੇ ਨੋ ਪ੍ਰੋਬਲਮ ਪਾਣੀ ਸਹੀ ਲਾਓ ਪਾਣੀ ਖੇਤ ਦੇ ਵਿੱਚ ਖੜ ਕੇ ਲਾਓ ਜੇਕਰ ਕਿਾਰੇ ਦੇ ਵਿੱਚ ਪਾਣੀ ਜ਼ਿਆਦਾ ਲੱਗ ਰਿਹਾ ਤਾਂ ਵੀ ਝੋਨੇ ਦੇ ਵਿੱਚ ਤੇਲਾ ਕੰਟਰੋਲ ਨਹੀਂ ਹੋਵੇਗਾ ਜੇ ਘੱਟ ਲੱਗ ਰਿਹਾ ਤਾਂ ਜਿਹੜੀਆਂ ਦੌਗੀਆਂ ਸੁੱਕੀਆਂ ਰਹਿ ਜਾਂਦੀਆਂ ਹੈਗੀਆਂ ਤਾਂ ਉਹਨਾਂ ਨੂੰ ਇਸ ਸਮੇਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਦੋਂ ਫੁੱਲਾਂ ਤੋਂ ਬਾਅਦ ਦੁੱਧਾ ਸਟੇਜ ਚੱਲ ਰਹੀ ਹੁੰਦੀ ਹੈ ਇਸੇ ਸਟੇਜ ਦੇ ਉੱਤੇ ਹੀ ਝੋਨੇ ਦੇ ਵਿੱਚ ਵੱਡਾ ਹਮਲਾ ਤੇਲੇ ਦਾ ਹੁੰਦਾ ਹੈਗਾ ਆਪਾਂ ਪਤਾ ਨਹੀਂ ਕਦੋਂ ਸਿਆਣੇ ਹੋਵਾਂਗੇ ਆਪਾਂ ਨੂੰ 20-20 ਸਾਲ 15-15 ਸਾਲ ਹੋ ਗਏ ਝੋਨਾ ਲਾਉਂਦਿਆਂ ਨੂੰ ਚਲੋ ਠੀਕ ਹੈ ਦਰਿਆਈ ਏਰੀਆ ਦੇ ਵਿੱਚ ਸਿੱਲੇ ਏਰੀਆ ਦੇ ਵਿੱਚ ਹਮਲਾ ਜ਼ਿਆਦਾ ਹੁੰਦਾ ਲੋਡ ਤੋਂ ਪਹਿਲਾਂ ਟਾਈਮ ਤੋਂ ਪਹਿਲਾਂ ਸਪਰੇਹਾਂ ਕਰਨੀਆਂ ਪੈਂਦੀਆਂ ਹੈਗੀਆਂ ਪਰ ਜਿਹੜੀਆਂ ਸਪਰੇਹਾਂ ਸਿਰਫ ਲੋਡ ਤੋਂ ਪਹਿਲਾਂ ਜਾਂ ਪ੍ਰੀਵੈਂਟਿਵ ਜਾਂ ਥੋੜੀ ਮਾਤਰਾ ਦੇ ਵਿੱਚ ਆਏ ਹੋਏ ਤੇਲੇ ਨੂੰ ਕੰਟਰੋਲ ਕਰਦੀਆਂ ਜਿਹੜੀਆਂ ਕਿ ਉਹਨਾਂ ਦੀ ਅਗਲੀ ਜਨਰੇਸ਼ਨਾਂ ਦੇ ਗਿਣਤੀ ਤੇ ਪ੍ਰਭਾਵ ਪਾਉਂਦੀਆਂ ਜਿਵੇਂ ਪਾਈ ਮੈਟਰੋਜਾਈਨਾਂ ਜਾਂ ਪੈਕਸਾ ਲ ਹੋਣਾ ਜਾਂ ਐਨੀ ਅਦਰ ਕੋਈ ਹੋਰ ਸਬਸਟੀਟਿਊਟ ਹੋਣਾਗਾ ਪਰ ਜਿਹੜਾ ਬੂਪਰੋਫ ਹੈ ਜੇ ਨਾ ਉਹਦਾ ਕਿਲਿੰਗ ਕਰਦਾਗਾ ਠੀਕ ਆ ਉਹ 25% ਚ ਵੀ ਆ ਰਿਹਾ ਮਾਰ ਕੇ 70% ਚ ਵੀ ਆ ਰਿਹਾ ਉਹਦੀ ਸਹੀ ਡੋਜ਼ ਤੁਸੀਂ ਸ਼ਾਮ ਦੇ ਸਮੇਂ ਬੈਂਟਰੀ ਵਾਲੇ ਪੰਪ ਨਾਲ ਸਪਰੇਅ ਕਰੋਗੇ ਤਾਂ ਮੇਰਾ ਖਿਆਲ ਰਿਜ਼ਲਟ ਵਧੀਆ ਆ ਜਾਏਗਾ ਇਸ ਤੋਂ ਇਲਾਵਾ ਜਿਹੜਾ ਡਾਇਰੈਕਟ ਕਿਲਿੰਗ ਦਾ ਕੰਮ ਕਰਦਾ ਹੈਗਾ ਉਹ ਡਾਈਨੋਟੋਫਰੋਨ ਵੀ ਕੰਮ ਕਰਦਾ ਕਲੋਥੀਡੀਅਨ ਵੀ ਕੰਮ ਕਰਦਾ ਦੋਨੋਂ ਤੋਂ ਸੁਦੇ ਨਾਮ ਤੇ ਆਉਂਦਾ ਉਹ ਡਾਇਰੈਕਟ ਕਿਲਿੰਗ ਦਾ ਕੰਮ ਕਰਦਾ ਸਕਿੰਗ ਪੈਸਟ ਦੇ ਉੱਪਰ ਵਧੀਆ ਕੰਮ ਕਰਦਾ ਹੈਗਾ ਪਰ ਜਿੱਥੇ ਤੁਹਾਡੇ ਖੇਤ ਦੇ ਵਿੱਚ ਹਜੇ ਹਮਲਾ ਨਹੀਂ ਹੋਇਆ ਉੱਥੇ ਤੁਸੀਂ ਬਵੇਰੀਆ ਬੀਸੀਆਨਾ ਵੀ ਯੂਜ਼ ਕਰ ਸਕਦੇ ਹੋ ਬਾਇਓ ਦਾ ਇੱਕ ਫੰਗਸ ਆ ਇਨਸੈਕਟੀਸਾਈਡ ਫੰਗਸ ਆ ਜਿਹੜੀ ਕਿ ਤੁਹਾਡੇ ਖੇਤ ਦੇ ਵਿੱਚ ਜਾਣ ਤੋਂ ਬਾਅਦ ਜਿੰਨੇ ਵੀ ਰਸ ਚੂਸਕ ਕੀੜੇ ਨੇ ਉਹਨਾਂ ਨੂੰ ਕਿਲਿੰਗ ਦਾ ਕੰਮ ਕਰਦੀ ਆ ਉਹਨਾਂ ਦੇਵ ਅੱਗੇ ਬੱਚੇ ਨਹੀਂ ਮਣ ਪਾਉਂਦੇ ਉਹਨਾਂ ਦੀ ਸਟੇਜ ਮਲਟੀਪਲਾਈ ਨਹੀਂ ਹੋਰ ਪਾਉਂਦੀ ਉਹਦੀ ডোজ ਵੀ 1 ਲੀਟਰ ਇੱਕ ਕਿੱਲੇ ਦਾ ਅਗਰ ਤੁਸੀਂ ਪਾਣੀ ਦੇ ਨਾਲ ਉਹਨੂੰ 100 ਲੀਟਰ ਪਾਣੀ ਦੇ ਵਿੱਚ ਮਲਟੀਪਲਾਈ ਕਰਕੇ ਇੱਕ ਗੁੜ ਦੇ ਨਾਲ ਤੁਸੀਂ ਉਸ ਨੂੰ ਲਗਭਗ 100 ਘੰਟਾ ਰੱਖੋ ਡਰਮ ਦੇ ਵਿੱਚ ਉਦੋਂ ਬਾਅਦ ਇੱਕ ਕਿੱਲੇ ਦੇ ਵਿੱਚ ਚਲਾ ਦਿੰਨੇ ਹੋ ਤਾਂ ਤੁਹਾਡੇ ਖੇਤ ਦੇ ਵਿੱਚ ਇਹ ਸਕਿੰਗ ਪੈਸਟੀ ਮਾਤਰਾ ਬਹੁਤ ਘੱਟ ਹੋਵੇਗੀ ਠੀਕ ਹੈ ਇਹ ਪਰਸਨਲ ایکسپੀਰੀਅੰਸ ਆ ਦੂਸਰਾ ਜਿਹੜਾ ਹੈਗਾ ਕਿ ਤੁਸੀਂ ਇੱਕ ਪੈਸਟਰ ਪੈਲੈਂਡ ਦੇ ਤੌਰ ਤੇ ਜਾਂ ਉਸ ਜਿਹੜੇ ਗਿਣਤੀ ਹੈਗੀ ਉਹ ਤੂਫਾਨ ਫਿਰਦਾ ਹੈਗਾ ਉਹ ਇੱਕ ਸ਼ਕਿੰਗ ਪੈਸਟ ਜਿਹੜੇ ਕਿ ਰਸ ਚੂਸ ਕੇ ਕੀੜੇ ਜਿਨ੍ਹਾਂ ਦੇ ਵਿੱਚ ਚਿੱਟਾ ਤੇਲਾ ਕਾਲਾ ਤੇਲਾ ਹੈਗਾ ਉਹ ਤੁਹਾਡੇ ਝੋਨੇ ਦੇ ਵਿੱਚ ਐਕਟਿਵ ਹੋਣ ਜਾ ਰਿਹਾ ਹੈ ਤਾਂ ਉਹ ਤੇਲੇ ਜਿਹੜੇ ਬੂਟੇ ਦੇ ਤਣੇ ਦੇ ਵਿੱਚ ਡੰਗ ਮਾਰ ਕੇ ਆਪ ਦਾ ਤਾਂਡੇ ਦਿੰਦੇ ਆ ਉਹ ਪੱਜ ਜਾਣਗੇ ਔਰ ਉਹਨਾਂ ਨੂੰ ਪ੍ਰੋਬਲਮ ਆਏਗੀ ਉਹ 10 ਬੂਟਿਆਂ ਨੂੰ ਛੱਡ ਕੇ 11ਵੇਂ ਨੂੰ ਹੱਥ ਲਾਉਣਗੇ ਉਹਨਾਂ ਦੇ ਵਾਸਤੇ ਤੁਸੀਂ ਇਹ ਜਿਹੜਾ ਮਸਕ ਕਪੂਰ ਤੇ ਹਿੰਗ ਵਾਲਾ ਫਾਰਮੂਲਾ ਵਰਤ ਸਕਦੇ ਹੋ ਇੱਕ ਕਿੱਲੇ ਦੇ ਵਾਸਤੇ 50 50 ਗ੍ਰਾਮ ਠੀਕ ਹੈ ਤਾਜ਼ਾ ਲੈਣਾਗਾ 스멜 ਵਾਲਾ ਲੈਣਾਗਾ ਮਹਿੰਗਾ ਸਸਤਾ ਮਿਲਦਾ ਜੋ ਵੀ ਇਹਦਾ 100 150 ਰੁਪਏ ਆ ਕਿੱਲੇ ਦਾ ਖਰਚ ਆਉਂਦਾ ਮੇਰੇ 12 ਕਿੱਲਾਂ ਦੇ ਵਿੱਚ ਮੈਂ ਨਾ 1900 ਰੁਪਏ ਦੇ ਨਾਲ ਮੇਰਾ ਸਰ ਗਿਆ ਹੈਗਾ ਜਿਹੜਾ ਝੋਨਾ 25 30 ਦਿਨਾਂ ਬਾਅਦ ਕੱਟਣ ਵਾਲਾ ਹੈਗਾ ਤੇ ਗ੍ਰੀਨਰੀ ਨਹੀਂ ਹੈਗੀ ਝੋਨੇ ਦੇ ਉੱਪਰ ਝੋਨਾ ਸੁੱਕ ਗਿਆ ਝੋਨਾ ਰੜ ਗਿਆ ਝੋਨੇ ਦੇ ਵਿੱਚ ਪਾਣੀ ਨਾ ਜ਼ਿਆਦਾ ਲਾਓ ਝੋਨੇ ਦੇ ਵਿੱਚ ਪਾਣੀ ਹਲਕਾ ਲਾਓ ਗਿੱਲ ਚ ਗਿੱਲ ਲਾ ਲਓ ਥੋੜਾ ਜਿਹਾ ਗੈਪ ਪਾ ਕੇ ਲਾ ਲਓ ਜਦੋਂ ਚ ਵਧੀਆ ਸੇਲ ਰਹਿੰਦੀ ਹੈ ਮਿੱਟੀ ਦੇ ਵਿੱਚ ਪਾਣੀ ਗਲਤ ਤਰੀਕੇ ਲਾਉਣ ਦੇ ਨਾਲ ਵੀ ਤੁਹਾਡੇ ਖੇਤ ਦੇ ਵਿੱਚ ਝੋਨੇ ਦੇ ਵਿੱਚ ਤੇਲਾ ਵਧਣ ਦੀ ਕੰਡੀਸ਼ਨ ਬਣੇਗੀ ਤੁਸੀਂ ਆਪ ਪੈਦਾ ਕਰੋਗੇ ਅਗਰ ਪਛਮੀ ਹਵਾਵਾਂ ਚੱਲਦੀਆਂ ਤਾਂ ਇਹਨਾਂ ਦੀ ਗਿਣਤੀ ਪ੍ਰਭਾਵਿਤ ਹੁੰਦੀ ਹੈ ਇਹਨਾਂ ਦੀ ਸੰਖਿਆ ਹੌਲੀ-ਹੌਲੀ ਵੱਧਦੀ ਹੈ ਪੂਰਬੀ ਹਵਾਵਾਂ ਜਾਂ ਹਮਸ ਵਾਲਿਆਂ ਕੰਡੀਸ਼ਨਾਂ ਦੇ ਵਿੱਚ ਇਹਨਾਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵੱਧਦੀ ਹੈ ਜਿੰਨਾ ਕਿਸਾਨਾਂ ਨੇ ਰੇਹਾਂ ਪੂਰੀਆਂ ਲੇਟ ਕੀਤੀਆਂ ਜਾਦੇ ਰੇਹਾਂ ਪਾਈਆਂ ਜਾਂ ਬਰਸਾਤਾ ਹੀ ਉਹਨਾਂ ਦੇ ਏਰੀਆ ਵਿੱਚ ਜ਼ਿਆਦੇ ਹੋਈਆਂ ਜਾਂ ਨਹਿਰੀ ਪਾਣੀ ਜ਼ਿਆਦੇ ਲੱਗਦੇ ਆ ਪਲਾਂਟ ਆ ਜਿਹੜਾ ਉਹ ਹਰਾ-ਭਰਾ ਰਹਿੰਦਾ ਹੁਣ ਤੁਸੀਂ ਜਾ ਕੇ ਦੇਖੋ ਉਹਨਾਂ ਖੇਤਾਂ ਦੇ ਵਿੱਚ ਜਿੱਥੇ ਤੁਸੀਂ ਕਹਿੰਦੇ ਹੋ ਨਾ ਵੀ ਸਾਡੇ 20-20 50-50 ਟਿੱਲਰ ਬਣ ਗਏ ਜੀ ਸਾਡੇ ਤਾਂ 50-50 ਮੁੰਜਰੇ ਲੱਗਦੇ ਆ ਕਬੂਟੇ ਨੂੰ ਉ ਉਤੇ ਪੱਤਾ ਘਟ ਸਕਦਾ ਤਾਂ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਂ ਪਹਿਲਾਂ ਵੀ ਇੱਕ ਵੀਡੀਓ ਅਪਲਾਈ ਕੀਤੀ ਹੈ ਤੁਸੀਂ ਚੈਨਲ ਤੇ ਜਾ ਕੇ ਦੇਖੀ ਹੈਗੀ ਆ ਤੇ ਬਣੇ ਰਹੋ ਚੈਨਲ ਦੇ ਉੱਤੇ ਤੇ ਤੁਹਾਨੂੰ ਸਮੇਂ-ਸਮੇਂ 'ਤੇ ਵੀਡੀਓ ਮਿਲਦੀਆਂ ਰਹਗੀਆਂ ਪਰ ਤੁਸੀਂ ਸ਼ੇਅਰ ਕਰਨ ਦਾ ਕੰਮ ਨਾ ਕਰਨਾ ਭੁੱਲਿਆ ਕਰੋ ਇਹਨੂੰ ਜ਼ਰੂਰ ਕਰਿਆ ਕਰੋ ਤੁਹਾਡਾ ਪੈਸਾ ਨਹੀਂ ਲੱਗਣਾ ਹੈਗਾ ਪੈਸਾ ਤੁਹਾਨੂੰ ਐਡਵਰਟਾਈਜ਼ਮੈਂਟ ਦੇਖਣ ਤੇ ਵੀ ਨਹੀਂ ਤੁਹਾਡਾ ਲੱਗਣਾ ਹੈਗਾ ਪਰ ਕਿਹੜੀ ਚੀਜ਼ ਤੁਹਾਡੇ ਕੰਮ ਦੀ ਹੈ ਕਿਹੜੀ ਚੀਜ਼ ਤੁਹਾਡੇ ਨਹੀਂ ਕੰਮ ਦੀ ਤੁਹਾਨੂੰ ਇਸ ਕੰਮ ਲਈ ਵੀ ਯਸਨੋ ਦੇ ਵਿੱਚ ਫੈਸਲਾ ਲੈਣਾ ਕਈ ਵਾਰ ਮੁਸ਼ਕਲ ਹੋ ਜਾਂਦੀ ਹੈ ਸਾਰੇ ਜਨ ਸਾਰੇ ਵੀਰ ਵੀਡੀਓ ਨੂੰ ਜ਼ਰੂਰ ਸਾਂਝਾ ਕਰਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ